ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਡੀ ਜੀ ਵੈਲਕਮ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਹਾਂ ਜੀ। ਲੱਗਦਾ ਕਿ ਪ੍ਰਧਾਨਗੀ ਹੁਣ ਮਿਲ ਜਾਣੀ ਹੈ, ਸਿੱਧੂ ਦੀਆਂ ਸਿੱਧੀਆਂ ਪੈਣ ਲੱਗ ਪਈਆਂ, ਇੱਕ ਸੁਰ ਮੀਡੀਆ ਦਾ ਦਾਵਾ। ਅਤੇ ਕੈਪਟਨ ਸਾਹਿਬ ਬੜੇ ਸ਼ਾਂਤ ਨੇ ਔਰ ਨਵਜੋਤ ਸਿੱਧੂ ਵੀ ਬੜਾ ਸ਼ਾਂਤ ਹੈ, ਪਰ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਡਿਲੇ ਹੋ ਗਿਆ। ਕੱਲ੍ਹ ਪੱਟੀ ਸਾਹਿਬ ਦੱਸਦੇ ਵੀ ਆਪਣੇ ਪੈਰ 'ਤੇ ਘੁਹਾੜਾ ਨਹੀਂ, ਘੁਹਾੜੇ 'ਤੇ ਪੈਰ ਮਾਰਿਆ ਜਨਾਬ ਨੇ, ਅਤੇ ਇਹ ਅਨਾਊਂਸਮੈਂਟ ਹੋਣ ਹੀ ਵਾਲੀ ਸੀਗੀ, ਪਰ ਲੱਗਦਾ ਹੈ ਕਿ ਹੁਣ ਇੱਕ ਸੁਰ ਹੈ ਮੀਡੀਆ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ। ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਨਹੀਂ ਦੇਖੋ, ਪਹਿਲੀ ਗੱਲ ਤੇ ਜਿਹੜਾ ਉਹ ਟਵੀਟ ਹੈ ਨਾ ਆਮ ਆਦਮੀ ਪਾਰਟੀ ਵਾਲਾ, ਉਹਦੇ ਦੋ ਮਤਲਬ ਨਿਕਲਦੇ ਆ, ਦੋ ਮਤਲਬ ਨਿਕਲਦੇ ਆ, ਕਿਉਂਕਿ ਦੇਖੋ ਹਰ ਇੱਕ ਚੀਜ਼ ਦਾ ਨਜ਼ਰੀਆ ਹੁੰਦਾ ਵੱਖ ਵੱਖਰਾ। ਪਰ ਮੈਂ ਜੋ ਸੋਚਦਾ, ਕਿਉਂਕਿ ਭਗਵੰਤ ਮਾਨ ਨੇ ਉਹਨੂੰ ਚੈਲੰਜ ਕੀਤਾ ਸੀਗਾ ਕਿ ਟਵੀਟ ਕਰ, ਤਾਂ ਉਹਨੇ ਟਵੀਟ ਮਤਲਬ ਕਿ ਇਸ ਤਰ੍ਹਾਂ ਰਿਐਕਟ ਨਹੀਂ ਕੀਤਾ, ਪਰ ਇੱਕ ਵੀਡੀਓ ਸ਼ੇਅਰ ਕਰਕੇ ਸੰਜੇ ਸਿੰਘ ਹੋਰਾਂ ਦੀ ਜਾਂ ਕੁਛ, ਤਾਂ ਉਹਨੇ ਜੋੜੀ ਚੀਜ਼ ਲਿਖੀ ਸੀ ਸਿੱਧੂ ਨੂੰ, ਥੋੜੀ ਚੱਥਣ ਦੀ ਜ਼ਰੂਰਤ ਆ ਕਿ ਸਾਡੀਆਂ ਗੱਲਾਂ ਨੂੰ ਵਿਰੋਧੀ ਹੀ ਦਰੁਸਤ ਮੰਨਦੇ ਆ, ਮਤਲਬ ਕਿ ਮੋਹਰ ਲਾਉਂਦੇ ਆ। ਇਹਦਾ ਮਤਲਬ ਇਹ ਆ ਕਿ ਜੋ ਤੁਸੀਂ ਕਹਿ ਰਹੇ ਹੋ ਵੀ ਮੈਂ ਟਵੀਟ ਕਰਾਂ, ਤਾਂ ਤੁਸੀਂ ਤਾਂ ਆਲਰੇਡੀ ਪਹਿਲਾਂ ਮੈਨੂੰ ਸਹੀ ਮੰਨ ਚੁੱਕੇ ਹੋ ਕਿ ਜੋ ਮੈਂ ਕਰਦਾ ਉਹ ਸਹੀ ਹੈ। ਇਹਦਾ ਮਾਇਨਾ ਕਿ ਵੀ ਨਿਕਲਦਾ ਇਹ ਨਹੀਂ ਸੀ ਆ, ਕਿਉਂਕਿ ਉਦੋਂ ਪਹਿਲਾਂ ਸਿੱਧੂ ਦਾ ਮਸਲਾ ਜਿਹੜਾ ਹੈ ਨਾ ਉਹ ਸਾਰਾ ਤਕਰੀਬਨ ਹੱਲ ਹੋ ਚੁੱਕਾ। ਹੁਣ ਦੇਖੋ ਗੱਲ ਤੇ ਆ ਕਿ ਜਿਹੜਾ ਦਾਅਵਾ ਕੀਤਾ ਜਾ ਰਿਹਾ, ਜੇ ਦਾਅਵੇ ਦੇ ਮੁਤਾਬਕ ਦੇਖੀਏ ਕਿ ਇਹਨਾਂ ਦਾ ਮਸਲਾ ਸੌਟ ਹੋ ਗਿਆ ਆਲਰੇਡੀ। ਕੈਪਟਨ ਅਮਰਿੰਦਰ ਸਿੰਘ ਵੀ ਚੁੱਪ ਕਰਕੇ ਮੰਨ ਚੁੱਕੇ ਆ ਕਿ ਕੋਈ ਗੱਲ ਨੀ ਆ, ਜੋ ਤੁਸੀਂ ਫੈਸਲਾ ਕਰੋਗੇ। ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਵੀ ਇਹੋ ਗੱਲ ਆਖੀ ਸੀਗੀ ਕਿ ਜੋ ਵੀ ਫੈਸਲਾ ਕਰੋਗੇ ਤਾਂ ਆਪਾਂ ਨੂੰ ਮਨਜ਼ੂਰ ਆ। ਪਹਿਲਾਂ ਉਹ ਇਹ ਕਹਿ ਰਹੇ ਸੀਗੇ ਕਿ ਨਾ ਨਾ ਨਾ, ਸਿੱਧੂ ਕੌਣ ਹੁੰਦਾ ਪ੍ਰਧਾਨ ਬਣਨ ਵਾਲਾ, ਕੋਈ ਇਹ ਕੌਣ ਹੈ, ਕੱਲ ਦੀ ਭੁਗਤ ਨੀ ਸੀ ਵਿਆਹ ਚੱਦ। ਹੁਣ ਉਹ ਕਹਿੰਦੇ ਆ ਕਿ ਜੋ ਵੀ ਫੈਸਲਾ ਹੋਏਗਾ, ਮਤਲਬ ਕਿ ਜੇ ਸਿੱਧੂ ਨੂੰ ਪ੍ਰਧਾਨ ਬਣਾ ਦੇਣਗੇ ਕੋਈ ਚੱਕਰ ਨੀ ਹੈਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੱਲ ਇਹੋ ਗੱਲ ਆਖੀ ਇੰਟਰਵਿਊ ਦੇ ਵਿੱਚ, ਉਹਨੇ ਆਖਿਆ ਕਿ ਕੋਈ ਗੱਲ ਨੀ ਹੈ, ਜੇ ਵਤੀਰੀ ਛੱਡਣੀ ਪਈ ਤੇ ਕੋਈ ਚੱਕਰ ਨੀ, ਮੈਨੂੰ ਕੀ ਫਰਕ ਆ, ਮੈਂ ਤਾਂ ਪਾਸੇ ਹੋ ਜਾਊਂਗਾ। ਤੇ ਜੇ ਸਿੱਧੂ ਪ੍ਰਧਾਨ ਬਣ ਜਾਊਗਾ, ਵਿਚਾਰਕ ਮਤ ਭੇਦ ਹੋ ਸਕਦੇ ਨੇ ਆਪਣੀ ਥਾਂ, ਅਸੀਂ ਚੱਲਾਂਗੇ ਨਾਲ, ਅਸੀਂ ਚੱਲਾਂਗੇ ਨਾਲ। ਮਤਲਬ ਕਿ ਇਸ ਤਰ੍ਹਾਂ ਦੇ ਜਿਹੜੇ ਲੀਡਰ ਆ, ਜਿਹੜੇ ਕਿ ਬਹੁਤ ਪੁਰਾਣੇ ਲੀਡਰ ਆ ਔਰ ਬੜੇ ਬੇਬਾਕ ਲੀਡਰ ਆ, ਉਹ ਵੀ ਇਹ ਕਹਿ ਰਹੇ ਕਿ ਜੇ ਕਾਂਗਰਸ ਫੈਸਲਾ ਕਰਦੀ ਆ ਤੇ ਸਾਨੂੰ ਮਨਜ਼ੂਰ ਆ। ਤੇ ਕੱਲ ਦੀ ਜਿਹੜੀ ਮੀਟਿੰਗ ਹੋਈ ਆ ਰਾਹੁਲ ਗਾਂਧੀ ਵਗੈਰਾ ਦੀ, ਪ੍ਰਸ਼ਾਂਤ ਕਿਸ਼ੋਰ ਵੀ ਨਾਲ ਸਮਝਿਆ ਜਾਂਦਾ, ਤਾਂ ਉਹ ਸ਼ਾਇਦ ਇਸੇ ਕਰਕੇ ਹੀ ਹੋਈ ਆ ਕਿ ਹੁਣ ਐਲਾਨ ਤੇ ਹੋਣਾ, ਉਸ ਤੋਂ ਪਹਿਲਾਂ ਇਹ ਵੇਖ ਲਈਏ ਕਿ ਜਿਹੜਾ ਨੁਕਸਾਨ ਹੋਣਾ ਉਹ ਕੀ ਹੋ ਸਕਦਾ ਕਿ ਨਵਜੋਤ ਸਿੱਧੂ ਨੂੰ, ਕਿਉਂਕਿ ਇਹ ਚਰਚਾ ਜਿਹੜੀ ਆ ਤਾਂ ਹੀ ਨਵਜੋਤ ਸਿੰਘ ਸਿੱਧੂ ਵਾਲੀ ਚੱਲੀ ਆ ਨਾ। ਬਹੁਤ ਸਾਰੇ ਅਖਬਾਰਾਂ ਨੇ ਤਾਂ ਦਾਅਵਾ ਕਰ ਦਿੱਤਾ, ਬਹੁਤ ਸਾਰੇ ਚੈਨਲਾਂ ਨੇ ਦਾਅਵਾ ਕਰ ਦਿੱਤਾ ਕਿ ਸਿੱਧੂ ਦੀ ਪ੍ਰਧਾਨਗੀ ਜਿਹੜੀ ਆ ਉਹ ਬਿਲਕੁਲ ਤੈਅ ਆ। ਇੱਕ ਅੱਧੇ ਦਿਨ ਚ ਜਿਹੜੇ ਸਮੀਕਰਨ ਬਣੇ ਆ ਕਿ ਬਿਲਕੁਲ ਤੈਅ ਆ ਅਤੇ ਐਲਾਨ ਹੋਣਾ ਬਾਕੀ ਆ, ਤੇ ਸਿੱਧੂ ਦਾ ਇੰਤਜ਼ਾਰ ਵੀ ਕਹਿੰਦੇ ਆ ਕਿ ਹੁਣ ਉਸਲ ਪੱਟੀ ਲੈਂਦਾ। ਅੱਜ ਇੱਕ ਪੰਜਾਬ ਦੇ ਪੱਤਰਕਾਰ ਨੇ ਰਿਪੋਰਟ ਕੀਤਾ ਵਾ ਕਿ ਸਿੱਧੂ ਨੇ ਤੇ ਆਪਣੇ ਕਰੀਬੀਆਂ ਨੂੰ ਸੁਨੇਹ ਵੀ ਲਾ ਦਿੱਤੇ ਕਿ ਤਿਆਰੀ ਖਿੱਚੋ, ਢੋਲਾਲਾ ਕਰ ਲਓ, ਢੋਲਾਲਾ ਕਰ ਲਓ, ਭੰਗੜੇ ਪਾਉਣੇ ਆ। ਸ਼ਾਇਰੀ ਤਾਂ ਫਿਰ ਸਿੱਧੂ ਦੀ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਕਹਿਣਾ ਹੀ ਕਹਿਣਾ, ਖੁਦੀ ਸੇ ਖੁਦ ਕਾ ਅੰਦਾਜ਼ ਨਹੀਂ ਹੋਤਾ, ਖੁਦ ਸੇ ਖੁਦੀ ਕਾ ਅੰਦਾਜ਼ਾ ਨਹੀਂ ਹੋਤਾ, ਬਾਹਰ ਆਨੇ ਸੇ ਪਹਿਲੇ ਫੂਲ ਵੀ ਤਾਜ਼ਾ ਨਹੀਂ ਹੋਤਾ, ਕਰਤੇ ਰਹੇ ਤੋ ਜਾਨ ਜਾਓਗੇ, ਮੁਕੱਦਰ ਕਾ ਹਮੇਸ਼ਾ ਬੰਦ ਦਰਵਾਜ਼ਾ ਨਹੀਂ ਹੋਤਾ, ਠੋਕੋ ਠੋਕੋ ਤਾਲੀ, ਠੋਕੋ ਠੋਕੋ ਤਾਲੀ। ਕਿਆ ਬਾਤ, ਇਹ ਸਿੱਧੂ ਸਿੱਧੂ ਆਪ ਹੀ ਕਹਿੰਦਾ ਹੁੰਦਾ ਨਾ ਕਿ ਮੁਕੱਦਰ ਤਾਂ ਹਮੇਸ਼ਾ ਬੰਦ ਦਰਵਾਜ਼ਾ ਨਹੀਂ ਹੁੰਦਾ, ਉਹਨੇ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਉਹਨੇ ਆਪਦੇ ਨਾਲ ਦਿਆਂ ਨੂੰ ਸੁਨੇਹ ਵੀ ਲਾ ਪਿਆ। ਇਹ ਮੀਡੀਆ ਦੇ ਵਿੱਚ ਫੁੱਲ ਚਰਚਾ ਇਸ ਗੱਲ ਦੀ ਕਿ ਜੇ ਸਿੱਧੂ ਦੀ ਤਿਆਰੀ ਹੈ, ਤਾਂ ਫਿਰ ਮੈਂ ਜਿਹੜੀ ਗੱਲ ਸ਼ੁਰੂ ਚ ਕਹੀ ਆ ਕਿ ਸਿੱਧੂ ਦਾ ਉਹ ਜਿਹੜਾ ਤਵੀਤ ਸੀ ਉਹ ਆਈਨਾ ਸੀਗਾ ਭਗਵੰਤ ਮਾਨ ਨੂੰ, ਨਾ ਕਿ ਉਹਦਾ ਕੋਈ ਸੌਫਟ ਕਾਰਨਰ ਸੀਗਾ ਕਿ ਮੈਂ ਤੁਹਾਡੇ ਚ ਆ ਰਿਹਾ। ਇੱਕ ਕਮਾਲ ਦੀ ਗੱਲ ਹੋਈ ਹੈ ਕਿ ਇਸ ਵਕਤ ਸਾਰੇ ਕਾਂਗਰਸੀ ਬਿਲਕੁਲ ਸ਼ਾਂਤ ਚਿੱਤ ਨੇ, ਤੇ ਸਿੱਧੂ ਦੀ ਇਸ ਪਤਾ ਲੱਗ ਗਿਆ ਉੱਤੋਂ ਕਿ ਮੇਰੇ ਖਿਆਲ 'ਚ ਸਰਕਾਰੀ ਹੁਕਮ ਕੈਪਟਨ ਸਾਹਿਬ ਲੈ ਕੇ ਹੀ ਆਏ ਸੀਗੇ ਕਿ ਜਦੋਂ ਉਹਨਾਂ ਨੇ ਕਹਿਤਾ ਕਿ ਜੋ ਹਾਈ ਕਮਾਂਡ ਫੈਸਲਾ ਕਰੂਗੀ ਮਨਜ਼ੂਰੀ ਆ। ਅਤੇ ਜੇ ਇੱਕ ਕੱਲ੍ਹ ਖਬਰ ਇਹ ਵੀ ਛਪ ਰਹੀ ਸੀ ਕਿ ਕੈਪਟਨ ਅਤੇ ਸਿੱਧੂ ਫਿਰ ਇੱਕ ਥਾਂ 'ਤੇ ਇਕੱਠੇ ਹੋ ਜਾਂਦੇ ਨੇ ਅਤੇ ਕਾਂਗਰਸ ਅਗਲੀ ਸਰਕਾਰ ਪੰਜਾਬ ਦੇ ਵਿੱਚ,
ਸ਼ਾਇਦ ਬਣਾ ਸਕਦੀ। ਚਲੋ ਕੀ ਲਹਿਰ ਲਾ ਕੇ ਆਉਂਦੇ ਨੇ ਸਿੱਧੂ ਸਾਹਿਬ, ਇਹ ਤਾਂ ਸਮਾਂ ਦੱਸੇਗਾ। ਸਿੱਧੂ ਵੀ ਤਾਂ ਚੁੱਪੀ ਆ ਨਾ ਹੁਣ, ਸਿੱਧੂ ਕੈਪਟਨ ਦੇ ਖਿਲਾਫ ਕੋਈ ਨੀ ਬੋਲ ਰਿਹਾ ਆ ਪਿਛਲੇ 4-5 ਦਿਨ ਤੋਂ, ਪੰਜ ਚਾਰ ਦਿਨਾਂ ਤੋਂ ਜੇ ਉਹਨੂੰ ਫੋਲੋ ਕਰੋਗੇ ਤਾਂ ਕੁਛ ਵੀ ਨੀ ਆ ਕੈਪਟਨ ਦੇ ਜਾਂ ਸਰਕਾਰ ਦੇ ਵਿਰੁੱਧ ਨਹੀਂ ਆ, ਉਹ ਹੁਣ ਦੂਜੇ ਪਾਸੇ ਹੋ ਗਿਆ, ਬਾਦਲਾਂ ਦਾ ਗੁੱਡਾ ਬੰਨਦਾ ਉਹ ਜਾਂ ਦੂਸਰੇ ਮੁੱਦੇ ਚੁੱਕਦਾ, ਆਪਣੇ ਮਾਡਲ ਨੂੰ ਸਹੀ ਦੱਸਦਾ ਕਿ ਮੇਰੇ ਮਾਡਲ ਨੂੰ ਵਿਰੋਧੀ ਵੀ ਮੰਨਦੇ ਆ ਵਗੈਰਾ ਵਗੈਰਾ ਗੱਲਾਂ ਕਰਦਾ ਆ। ਪਰ ਜਿਸ ਤਰ੍ਹਾਂ ਅੱਗੇ ਇੱਕ ਬਾਕੀ ਦੇ ਨਾਲ ਆਪਣੀ ਸਰਕਾਰ ਨੂੰ ਘੇਰਦਾ ਸੀਗਾ, ਉਹਦੇ ਚ ਹੁਣ ਕਿਤੇ ਨਾ ਕਿਤੇ ਨਰਮ ਗੋਸ਼ਾ ਵੇਖਣ ਨੂੰ ਮਿਲ ਰਿਹਾ। ਔਰ ਇਹ ਵੀ ਹੋ ਸਕਦਾ ਕਿ ਸਿੱਧੂ ਨੂੰ ਵੀ ਕਿਹਾ ਗਿਆ ਹੋਵੇ ਕਿ ਭਾਈ ਹੁਣ ਤੂੰ ਤੇਰਾ ਮਸਲਾ ਜਿਹੜਾ ਉਹ ਹੱਲ ਕਰ ਦਿੰਦੇ ਆ, ਇਹੀ ਚੀਜ਼ਾਂ ਨੇ। ਬਾਕੀ ਜੇ ਇਕੱਠੇ ਰਹਿਣਗੇ ਤਾਂ ਬਿਲਕੁਲ ਇਹਨਾਂ ਦਾ ਚਾਂਸ ਹੈ, ਕਾਂਗਰਸ ਦਾ ਚਾਂਸ ਹੈ, ਕਿਉਂਕਿ ਵਿਰੋਧੀ ਧਿਰ ਹਾਲੇ ਇੰਨੀ ਜੰਮੀ ਨਹੀਂ ਕੋਈ ਵੀ, ਮਤਲਬ ਕਿ ਕਿਉਂਕਿ ਵੋਟ ਜਿਹੜੀ ਆ ਇਹਨਾਂ ਦੀ ਵਿਰੋਧੀ ਵੋਟ ਆ ਬੜੀ ਖਿੰਡੇ ਗਈ ਹੈ ਇਸ ਵਾਰੀ, ਬਹੁਤ ਜ਼ਿਆਦਾ ਉਹਦਾ ਖਿੰਡਾਅ ਹੋਏਗਾ। ਕਿਉਂਕਿ ਜਦੋਂ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਫਸਟ ਵੋਟ ਪਾਸ ਸਿਸਟਮ ਦੇਖਦੇ ਹੋ ਨਾ, ਤਾਂ ਉਹਦੇ ਵਿੱਚ ਇਹੀ ਚੀਜ਼ ਜਿਹੜੀ ਹੈ ਉਹ ਇੱਕ ਧਿਰ ਨੂੰ ਲਾਹੇ ਬੰਦਾ ਬਣਾ ਦਿੰਦੀ ਆ, ਕਿ ਮੰਨ ਲਓ ਉਹਨੂੰ 30 ਵੀ ਵੋਟਾਂ ਮਿਲ ਗਈਆਂ ਤੇ 70 ਵੋਟਾਂ ਜਿਹੜੀਆਂ ਉਹ 8 ਥਾਂ ਤੇ ਖਿਲਰ ਗਈਆਂ, ਕਹਾਣੀ ਹੈ ਕਈਆਂ ਥਾਵਾਂ ਤੇ ਬਹੁਤ ਜ਼ਿਆਦਾ ਹੈ, ਕਈਆਂ ਥਾਵਾਂ ਤੇ ਥੋੜੀ ਘੱਟ ਹੋ ਸਕਦੀ ਹੈ, ਪਰ ਇਹ ਸਦੀਆਂ ਪੁਰਾਣਾ ਕੰਮ, ਅੱਜ ਦਾ ਨਹੀਂ, ਬਹੁਤ ਪੁਰਾਣਾ ਕੰਮ, ਬਹੁਤ ਪੁਰਾਣਾ ਕੰਮ। ਅਣਖ ਦੇ ਰਖਵਾਲੇ ਜਿਹੜੇ ਅਣਖੀ ਲੋਕ ਜਿਹੜੇ ਨੇ ਉਹ ਆਪਣੇ ਰਿਸ਼ਤੇ ਕਿਵੇਂ ਕਰ ਰਹੇ ਨੇ, ਕਿਵੇਂ ਆਪਣੇ ਧੀਆਂ ਦੇ ਰਿਸ਼ਤੇ ਕਰ ਰਹੇ ਨੇ, ਅਣਖ ਤਾਂ ਖਤਮ ਹੋ ਗਈ, ਅਣਖ ਕਾਦੀ ਰਹਿ ਗਈ। ਰਿਸ਼ਤਿਆਂ ਦੀ ਬੇਵਫਾਈ ਨੇ ਇੱਕ ਹੋਰ ਘਰ ਬਰਬਾਦ ਕੀਤਾ। ਆਪਾਂ ਉੱਥੋਂ ਕਰਾਂਗੇ ਗੱਲ, ਫਿਰ ਆਪਾਂ ਅਗਲੀ ਗੱਲ ਕਰਾਂਗੇ, ਕੀ ਕਹਿਣਾ ਚਾਹੋਗੇ? ਹਾਂਜੀ, ਵੇਖੋ ਗੱਲ ਇਹ ਆ ਕਿ ਜੇ ਤੁਸੀਂ ਇਹ ਚੀਜ਼ ਨੂੰ ਦੇਖਦੇ ਹੋ ਨਾ ਇਸ ਮੁੱਦੇ ਨੂੰ, ਤੇ ਮੇਰਾ ਮੰਨਣਾ ਹੈ ਕਿ ਪੰਜਾਬੀ ਬਹੁਤ ਲੇਟ ਜਾਗੇ ਆ। ਆਲਰੇਡੀ ਪੰਜਾਬ ਦੇ ਵਿੱਚ ਕਈ ਸੁਸਾਈਡ ਹੋਈਆਂ ਇਸ ਤਰ੍ਹਾਂ, ਹਾਂ ਹਾਂ ਬਿਲਕੁਲ, ਕਈ ਸੁਸਾਈਡ ਹੋਈਆਂ, ਕਿਸੇ ਨੇ ਕੋਈ ਨੋਟਿਸ ਨਹੀਂ ਕੀਤਾ, ਇਹ ਚੀਜ਼ ਜ਼ਿਆਦਾ ਮੀਡੀਆ 'ਚ ਉੱਛਲੀ। ਔਰ ਹਾਲੇ ਵੀ ਚਲੋ ਮੈਂ ਤਾਂ ਕਹਿੰਦਾ ਕਿ ਜੱਜਮੈਂਟਲ ਹੋਣ ਦੀ ਜ਼ਰੂਰਤ ਨਹੀਂ, ਕੇਸ ਦਰ ਕੇਸ ਲਿਖਣੇ ਪੈਣਗੇ ਤੁਹਾਨੂੰ, ਹਾਂਜੀ ਕਿਸਦੇ ਵਿੱਚ ਕਿਹਦਾ ਕਸੂਰ ਆ। ਤਾਂ ਮੁੰਡਾ ਤੇ ਇੱਕ ਬਰਨਾਲੇ ਇਸੇ ਜ਼ਿਲ੍ਹੇ ਤੇ ਹੀ ਮਰਿਆ ਸੀਗਾ ਪਿਛਲੇ ਸਾਲ ਸਤੰਬਰ ਦੇ ਵਿੱਚ, 24 ਸਤੰਬਰ ਨੂੰ, ਕਿਸੇ ਨੇ ਪੁੱਛਿਆ ਹੀ ਨਹੀਂ ਹੈ। 9 ਸਾਲ ਰਿਸ਼ਤੇ 'ਚ ਰਹੇ, ਆਸਟ੍ਰੇਲੀਆ 'ਚੋਂ ਮੁੰਡਾ ਰਿਟਰਨ ਸੀਗਾ, ਕੁੜੀ UK ਭੇਜੀ ਉਹਨਾਂ ਨੇ, 9 ਸਾਲ ਇਕੱਠੇ ਪੜ੍ਹਦੇ ਸੀਗੇ, ਨਰਸਿੰਗ ਕਰਦੇ ਸੀਗੇ, ਉਸ ਤੋਂ ਬਾਅਦ ਉਹ ਮਤਲਬ ਕਿ ਸੰਗ ਦਿਲ ਹੋ ਗਈ, ਬੇਵਫਾ ਹੋ ਗਈ, ਮਤਲਬ ਉਹਨੇ ਨਹੀਂ ਪੁੱਛਿਆ ਦੱਸਿਆ, ਤੇ ਉਸ ਤੋਂ ਬਾਅਦ ਮੇਰਾ ਮਤਲਬ ਕਿ ਨਾਂ ਸਰਨਾਮੀਆਂ ਹੀ ਸੀ ਸ਼ਾਇਦ, ਉਹ ਬਲਜਿੰਦਰ ਕੇ ਬਲਜਿੰਦਰ ਉਹਦਾ ਨਾਮ ਸੀਗਾ, ਉਹ ਮੁੰਡੇ ਨੇ ਖੁਦਕੁਸ਼ੀ ਕੀਤੀ ਸੀ, ਕਿਸੇ ਨੇ ਗੱਲ ਹੀ ਨਹੀਂ ਬੋਲੀ ਉਸ ਟਾਈਮ। ਹੁਣ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਤੁਹਾਨੂੰ ਪਤਾ ਹੀ ਟ੍ਰੈਂਡ ਕਰ ਜਾਂਦੀ ਹੈ, ਉਸ ਚੀਜ਼ ਤੇ ਜ਼ਿਆਦਾ ਅਸੀਂ ਧਿਆਨ ਕੇਂਦਰਿਤ ਕਰਦੇ, ਪਰ ਇਹ ਸਮੱਸਿਆ ਕਹਿ ਲਓ ਕਿ ਅੱਜ ਦੀ ਨਹੀਂ ਹੈ, ਜੇ ਯਕਦਮ ਪੈਦਾ ਹੋਈ ਸਮੱਸਿਆ ਨਹੀਂ ਹੈ, ਇੱਥੇ ਸਾਲਾਂ ਦਾ ਹੁਣ ਜਿੱਦਾਂ ਦਾ ਇਹ ਸਿਲਸਿਲਾ ਚੱਲਿਆ ਵਾ ਬਾਹਰ ਜਾਣ ਲਈ, ਇਹ ਆਉਂਦਾ ਕਿ ਤੇ ਬਾਕੀ ਜਿਹੜਾ ਬੇਵਫਾਈਆਂ ਦੀ ਗੱਲ ਆ ਜਾਂ ਰਿਸ਼ਤਿਆਂ ਦੀ ਗੱਲ, ਜਿਸ ਤਰ੍ਹਾਂ ਤੁਸੀਂ ਕਿਹਾ ਸਹੀ ਹੈ ਕਿ ਉੱਥੇ ਸਦੀਆਂ ਤੋਂ ਕੰਮ ਚੱਲਦਾ ਹੈ। ਮੈਂ ਨਾ ਇੱਕ ਕਿਸੇ ਅਲੀਮ ਦਾ ਪੜ੍ਹਦਾ ਪਿਆ ਸੀਗਾ ਹਿੰਦੀ ਦੇ ਵਿੱਚ, ਉਹਦਾ ਕਲਾਮ ਸੀਗਾ ਬੜਾ ਸੋਹਣਾ ਲੱਗਿਆ ਮੈਨੂੰ, ਉਹ ਲਿਖ ਰਿਹਾ ਸੀਗਾ, ਕਹਿੰਦਾ ਕਿ ਰਿਸ਼ਤੇ ਨਾ ਯਾਰ ਤਿਤਲੀਆਂ ਵਰਗੇ ਹੁੰਦੇ ਆ, ਜੇ ਜ਼ੋਰ ਦੇ ਨਾਲ ਫੜ ਲਓਗੇ ਤਾਂ ਮਰ ਜਾਣਗੇ, ਜੇ ਢਿੱਲੇ ਛੱਡ ਦਿਓਗੇ ਉੱਡ ਜਾਣਗੇ, ਜੇ ਪਿਆਰ ਦੇ ਨਾਲ ਰੱਖੀ ਰੱਖੋਗੇ ਤੇ ਆਪਣਾ ਰੰਗ ਛੱਡ ਦੇਣਗੇ। ਅਲੀਮ ਦੀ ਗੱਲ ਮੈਨੂੰ ਬਹੁਤ ਅੱਛੀ ਲੱਗੀ ਕਿ ਵਾਕਿਆ ਇਹ ਸਹੀ ਚੀਜ਼ਾਂ ਨੇ, ਔਰ ਅਸੀਂ ਸ਼ਾਇਦ ਇਹਨਾਂ ਚੀਜ਼ਾਂ ਤੋਂ ਹੁਣ ਮਤਲਬ ਕਿ ਬਹੁਤ ਅਗਾਂਹ ਨਿਕਲ ਗਏ ਹਾਂ, ਸਾਡੇ ਵੀ ਇਹ ਰਿਸ਼ਤੇ ਵਗੈਰਾ ਜੁੜੇ ਆ, ਮਾਇਨੇ ਨਹੀਂ ਰੱਖਦੇ, ਮੈਂ ਵੀ ਕਲਯੁਗੀ ਦੁਨਿਆਵੀ ਜੀ ਆ, ਉਹ ਸਾਰੇ ਆਪਾਂ ਉਸੇ ਚੌਕਤੇ 'ਚ ਹੀ ਆਉਂਦੇ ਹਾਂ। ਜੇ ਆਪਾਂ ਕਿਸੇ ਧਰਤੀ ਦੇ ਚੰਗੇ ਸਤਯੁਗੀ ਕੋਈ  1% ਨੂੰ ਛੱਡ ਦਈਏ ਤਾਂ ਕਾਲ ਨੇ ਸਾਡੇ ਰਿਸ਼ਤਿਆਂ ਨੂੰ ਵਾਕਿਆ ਥੋੜਾ ਪਿੱਛੇ ਛੱਡਿਆ। ਪਰੰਤੂ ਹੁਣ ਦੇਖੋ ਗੱਲ ਇਹ ਆ ਕਿ ਮਸਲਾ ਇਹ ਨਹੀਂ ਹੈ ਬਾਹਰ ਪੜ੍ਹਨ ਜਾਣ ਵਾਲਿਆਂ ਦਾ, ਸਾਡੀ ਤਲਾਕ ਦਰ ਜਿਹੜੀ ਇੱਥੇ ਉਹ ਵੀ ਕੌਮੀ ਤਲਾਕ ਦਰ ਤੋਂ ਇੱਕ ਬਹੁਤ ਜ਼ਿਆਦਾ ਕਹਿ ਲਓ ਡਬਲ ਹੈ, ਅਸੀਂ ਕਦੇ ਉਹਦੇ ਤੇ ਧਿਆਨ ਹੀ ਨਹੀਂ ਦਿੱਤਾ। ਜਿਹੜੀ ਸਾਡੀ ਤਲਾਕ ਦਰ ਆ ਨਾ ਪੰਜਾਬੀਆਂ ਦੀ, ਉਹ ਕੌਮੀ ਤਲਾਕ ਦਰ ਤੋਂ ਮਤਲਬ ਕਿ ਜਿਹੜੀ ਸਾਡੀ ਦੇਸ਼ ਦੀ ਤਲਾਕ ਦਰ ਆ, ਡਾਈਵੋਰਸ ਕਹਿ ਲਓ ਕਿ ਰੇਸ਼ੋ ਜਿਹੜੀ ਆ ਉਹਦੀ ਦੁੱਗਣੀ ਆ, ਡਬਲ ਡਬਲ ਤੋਂ ਵੀ ਜ਼ਿਆਦਾ ਮੇਰੇ ਖਿਆਲ ਦੇ ਨਾਲ 2.5 ਗੁਣਾ ਹੋਣੀ ਆ।
ਤਾਂ ਇਹ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਔਰ ਦੂਜੀ ਗੱਲ ਆ ਕਿ ਕੱਲ੍ਹ ਜਿਹੜੀ ਇਹ ਘਟਨਾ ਵਾਪਰੀ ਆ ਨਕੋਦਰ ਦੇ ਲਾਗੇ, ਤੇ ਇਹਦੇ ਵਿੱਚ ਤੇ ਹੁਣ ਆ ਇੱਕ ਤੇ ਆਈਆਂ ਨੇ ਚੀਜ਼ਾਂ ਜਿਹੜੀਆਂ ਥੋੜਾ ਤੁਹਾਨੂੰ ਪਤਾ ਹੀ ਆ ਕਿ ਬੰਦਿਆਂ ਨੂੰ ਸਟਾਰ ਬਣਾ ਦਿੰਦੀਆਂ, ਬੰਦੀਆਂ ਨੂੰ ਸਟਾਰ ਬਣਾ ਦਿੰਦੀਆਂ ਨੇ, ਜਿੱਦਾਂ ਇੰਸਟਾ ਵਗੈਰਾ। ਇਹ ਕੁੜੀ ਕੋਈ ਇੰਸਟਾ ਤੇ ਨੱਚਦੀ ਸੀ ਆਪਦੀਆਂ ਜਾਨੀ ਵੀਡੀਓ ਵਾਡੀਆਂ ਪਾਉਂਦੀਆਂ ਸੀ, ਤੇ ਕੋਈ ਮੁੰਡਾ ਸ਼ਾਬਾ ਬਈ ਅੱਛਾ ਬਹੁਤ ਅੱਛਾ ਅੰਗਰੇਜ਼ੀ ਤੇ ਪਤਾ ਨੀ ਕੀ ਕੀ ਕਹਿੰਦੇ ਨੇ, ਤੇ ਏਦਾਂ ਵਿਆਹੀ ਕੁੜੀ ਕਰਦੀ ਸੀ। ਚਲੋ ਅੱਜ ਕੱਲ ਕੀ ਆ ਕਿ ਜੋੜੀਆਂ ਵੀ ਵੀਡੀਓ ਬਣਾਉਂਦੀਆਂ ਨੇ, ਉਹਦੇ ਚ ਕਮਾਈ ਵੀ ਹੁੰਦੀ ਆ, ਉਹਦੇ ਚ ਸ਼ੋਹਰਤ ਵੀ ਮਿਲਦੀ ਆ। ਕੋਈ ਮਾੜੀ ਗੱਲ ਨੀ, ਮੈਂ ਨੀ ਕਹਿੰਦਾ ਕਿ ਨੱਚਣਾ ਗਾਉਣਾ ਕੋਈ ਹੱਸਣਾ ਜਿਹੜਾ ਉਹ ਕੋਈ ਮਾੜੀ ਚੀਜ਼ ਆ, ਕੋਈ ਕਮੇਡੀ ਕਰਦਾ, ਕੋਈ ਆਪਦਾ ਡਾਂਸ ਕਰਦਾ, ਕਲਾ ਹਰੇਕ ਦੀ ਕਲਾ ਹੈ, ਤੇ ਕਲਾ ਦਾ ਮੁੱਲ ਵੀ ਵੱਟਣਾ ਕੋਈ ਮਾੜੀ ਗੱਲ ਨੀ, ਕੋਈ ਗੁਨਾਹ ਨਹੀਂ ਹੈ। ਅਸੀਂ ਵੀ ਤੇ ਆਪਣਾ ਹਮੇਸ਼ਾ ਚਾਵਲਾ ਸਾਹਿਬ ਟੈਲੈਂਟ ਹੀ ਵੇਖਦੇ ਹਾਂ, ਕਿਸੇ ਫੈਕਟਰੀ ਚ ਕੰਮ ਕਰਦੇ ਸਾਡਾ ਟੈਲੈਂਟ ਆ, ਹੈ ਨਾ। ਸੋ ਗੱਲ ਇਹ ਸਕਿੱਲ ਹੁੰਦੀ ਆ, ਉਹ ਆਪਾਂ ਮੁੱਲ ਵੱਟਦੇ ਹਾਂ। ਤੇ ਇਹ ਕੁੜੀ ਨੇ ਕੀ ਕੀਤਾ ਕਿ ਉਹ ਅਟ੍ਰੈਕਸ਼ਨ ਹੋ ਗਿਆ, ਜਦੋਂ ਕਮੈਂਟ ਕਮੁੰਟ ਕਰਦਾ ਸੀ, ਕਮੈਂਟ ਬਾਜ਼ੀਆਂ ਕਰਦਾ ਸੀਗਾ, ਅੱਛਾ ਉਹਦੇ ਵਾਸਤੇ ਫਿਰ ਇਹਨੇ ਆਪਣਾ ਜਿਹੜਾ ਟੱਬਰ ਸੀ ਹੱਥਦਾ ਰੱਖਦਾ ਉਹ ਛੱਡ ਦਿੱਤਾ। ਮੁੰਡਾ ਜਿਹੜਾ ਉਹਦਾ ਘਰ ਵਾਲਾ ਸੀਗਾ, ਉਹ ਜਿਹੜਾ ਪਹਿਲਾਂ ਪਤਾ ਨੀ ਕਿੰਨੀ ਕੁ ਸਪੋਰਟ ਕਰਦਾ ਰਹਿਣਾ, ਖੁਦ ਵੀਡੀਓ ਬਣਾ ਕੇ ਪਾਉਂਦਾ ਰਿਹਾ ਹੋਣਾ, ਤੇ ਬਾਅਦ ਦੇ ਵਿੱਚ ਉਹ ਬੰਦਾ ਫਿਰ ਚਲੇ ਗਿਆ ਕਿਤੇ ਨਾ ਕਿਤੇ, ਕਹਿ ਲਓ ਕਿ ਬਹੁਤ ਜ਼ਿਆਦਾ ਉਦਾਸੀ ਚ। ਤੇ ਉਹਨੇ ਕੱਲ ਇਹ ਕਦਮ ਚੁੱਕਿਆ ਕਿ ਦੋ ਉਹਦੇ ਬੱਚੇ ਸੀ, ਇੱਕ ਉਹ ਆਪ ਸੀਗਾ, ਤਿੰਨਾਂ ਜਾਣਿਆਂ ਨੇ ਉੱਥੇ ਖੇਤ ਦੇ ਵਿੱਚ ਜਾ ਕੇ ਇੱਕ ਕੋਲਡ ਡਰਿੰਕ ਦੇ ਵਿੱਚ, ਇਹਨੇ ਬੱਚਿਆਂ ਨੇ ਤੇ ਕੀ ਪਾਉਣਾ, ਉਹਨੇ ਕੋਈ ਕੋਲਡ ਡਰਿੰਕ ਦੇ ਵਿੱਚ ਪਾਇਆ ਤੇ ਬੱਚਿਆਂ ਨੂੰ ਵੀ ਪਿਲਾ ਦਿੱਤਾ, ਆਪ ਵੀ ਪੀ ਗਿਆ, ਦੋ ਜਾਣੇ ਤਾਂ ਮੋ ਗਏ ਆ, ਮਤਲਬ ਕਿ ਇੱਕ ਪਿਓ ਤੇ ਇੱਕ ਬੱਚਾ ਤੇ ਮਰ ਗਏ ਆ। ਇੱਕ ਬੇਚਾਰਾ ਜਿਹੜਾ ਉਹ ਸੀਰੀਅਸ ਆ, ਸਲਫਾਸ ਵਗੈਰਾ ਕੁਛ ਪਾਤਾ ਹੋਣਾ ਨਾ ਉਹਦੇ ਚ ਬੱਤੇ ਤੇ, ਉਹ ਪਿਆਤਾ ਬੱਚਿਆਂ ਨੂੰ ਵੀ ਪਿਆਤਾ ਤੇ ਖੁਦ ਵੀ ਪੀ ਲਿਆ। ਸੋ ਤਾਂ ਹੁਣ ਇਹ ਤੁਸੀਂ ਦੇਖ ਲਓ ਕਿ ਕੀ ਅੰਜਾਮ ਨਿਕਲਿਆ, ਕੁੜੀ ਤੇ ਵੀ ਪਰਚਾ ਹੋ ਗਿਆ ਜਿਹੜੀ ਜਾ ਕੇ ਕਿਸੇ ਹੋਰ ਦੇ ਨਾਲ ਵਰਤਣ ਲੱਗ ਗਈ ਸਾਲ ਡੇਢ ਸਾਲ ਤੋਂ, ਤੇ ਤਲਾਕ ਲਈ ਦਬਾਅ ਬਣਾ ਰਹੀ ਸੀ। ਸ਼ਾਇਦ ਇਹ ਕਹਿੰਦਾ ਹੋਣਾ ਕਿ ਭਾਈ ਤੂੰ ਆ ਜਾ, ਮੈਂ ਤੈਨੂੰ ਹਾਲੇ ਵੀ ਸਵੀਕਾਰ ਕਰ ਲੂ, ਕਿਉਂਕਿ ਬੱਚਿਆਂ ਦਾ ਮੋਹ ਹੁੰਦਾ ਹੈ ਨਾ, ਬੱਚੇ ਕੜੀ ਹੁੰਦੇ ਆ ਮਾਂ ਤੇ ਬਾਪ ਦੇ ਵਿੱਚ, ਸਮਾਜ ਦੇ ਮਿਹਰੇ ਨਹੀਂ ਟਿਕਣ ਦਿੰਦੇ, ਸਮਾਜ ਦੇ ਮਿਹਰੇ ਇਹ ਤੱਕ ਨਹੀਂ, ਕੌੜਾ ਘੁੱਟ ਵੀ ਭਰ ਲੈਂਦਾ ਅਗਲਾ ਬੱਚਿਆਂ ਦੇ ਮੂੰਹ ਨੂੰ ਵੀ ਤੂੰ ਆ ਜਾ, ਕੋਈ ਚੱਕਰ ਨੀ ਹੈਗਾ ਕਿ ਬੱਚੇ ਪਲ ਜਾਣਗੇ। ਤਲਾਕ ਨਹੀਂ ਸੀ ਦੇ ਰਿਹਾ, ਉਹ ਤਲਾਕ ਲਈ ਸ਼ਾਇਦ ਪ੍ਰੈਸ਼ਰਾਈਜ਼ ਕਰ ਰਹੀ ਸੀ, ਆ ਰੌਲਾ ਹੋਇਆ। ਹੁਣ ਚਲੋ ਵਿੱਚ ਦੀਆਂ ਗੱਲਾਂ ਦੇਖੋ, ਘਰਾਂ ਦੀਆਂ ਕੰਧਾਂ ਝਾਕ ਕੇ ਨਹੀਂ ਦੇਖਿਆ ਜਾਂਦਾ ਚੱਲ ਰਿਹਾ, ਪਰ ਇਹਦਾ ਅੰਤ ਹੈ ਜਿਹੜਾ ਟੱਬਰ ਦਾ, ਉਹ ਕਹਿ ਲਓ ਕਿ ਇਹਨਾਂ ਚੀਜ਼ਾਂ ਨੇ ਕਰ ਦਿੱਤਾ ਵਾ। ਬੜੀ ਸੋਹਣੀ ਤੁਸੀਂ ਗੱਲ ਕਹੀ, ਚਲੋ ਮੀਡੀਆ ਸਾਨੂੰ ਖਬਰ ਲਾਉਣੀ ਸਾਡਾ ਫਰਜ਼ ਹੈ, ਖਬਰ ਦੀ ਤਹਿ ਤੱਕ ਜਾਣਾ ਸਾਡਾ ਫਰਜ਼ ਹੈ, ਖਬਰ ਸੁਣਾਉਣੀ ਸਾਡਾ ਫਰਜ਼ ਹੈ। ਟਸਕਰੇ ਲਾ ਕੇ ਤੇ ਜਿਹੜੀਆਂ ਤੁਸੀਂ ਘਰਾਂ ਦੀਆਂ ਚੀਤਾਂ ਦੀ ਗੱਲ ਕੀਤੀ ਹੈ ਨਾ, ਉਹਨਾਂ ਦੇ ਵਿੱਚ ਨਹੀਂ ਝਾਕਣਾ ਚਾਹੀਦਾ, ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਕਿ ਸਾਡੇ ਘਰ 'ਚ ਕੀ ਹੋਇਆ ਸੀ ਅਤੇ ਅਸੀਂ ਕੀ ਕਰ ਰਹੇ ਹਾਂ। ਮਾਈਕ 'ਤੇ ਬਹਿ ਕੇ ਵੱਡੇ ਵੱਡੇ ਆਪਾਂ ਫਿਲੋਸਫਰ ਬਣ ਜਾਂਦੇ ਹਾਂ ਕਿਸੇ ਵੇਲੇ, ਅਤੇ ਲਿਆ ਕੇ ਅਸੀਂ ਇਹੋ ਜਿਹੇ ਟਾਕ ਸ਼ੋਅ ਜਿਹਨਾਂ ਦੇ ਵਿੱਚ ਕੱਢਣ ਕਢਾਉਣ ਵਾਲਾ ਕੁਝ ਨਹੀਂ ਹੁੰਦਾ, ਅਤੇ ਸਿਰਫ ਚਾਰ ਸਾਡੀਆਂ ਉਂਗਲਾਂ ਤਾਂ ਹੋ ਜਾਣ, ਅੰਗੂਠੇ ਤਾਂ ਹੋ ਜਾਣ ਅਤੇ ਚਾਰ ਸਾਡੇ ਵੀਵਰਸ ਵੱਧ ਜਾਣ, ਇਹੋ ਜਿਹੀਆਂ ਕਮਾਈਆਂ ਦਾ ਕੀ ਫਾਇਦਾ, ਕਿਸੇ ਦਾ ਘਰ ਹੀ ਬਰਬਾਦ ਕਰਕੇ ਰੱਖ ਦੇਣਾ, ਰਿਸ਼ਤਿਆਂ ਦੀ ਬੇਵਫਾਈ। ਅੱਜ ਤਾਂ ਕਹਿੰਦੇ ਕਲਯੁੱਗ ਰਿੜਦਾ, ਜਿਹਦੇ 'ਚ ਕਿਤੇ ਮਾੜਾ ਮੋਟਾ ਪੈਰਾਂ 'ਤੇ ਖੜਾ ਹੋ ਗਿਆ ਤਾਂ ਫੇਰ ਕੀ ਹਾਲ ਹੋਣਾ, ਇਹ ਤਾਂ ਸਮਾਂ ਦੱਸੂਗਾ। ਕੈਦੀਆਂ ਨੇ ਬਣਾਈ ਫਰਜ਼ੀ ਵੈਬਸਾਈਟ, ਇੱਥੇ ਰੱਖ, ਇਹਨੂੰ ਕਹਿੰਦੇ ਪੜ੍ਹਿਆ ਲਿਖਿਆ ਦਾ ਕਮਾਲ, ਹੈ ਨਾ ਕਮਾਲ ਦੀ ਗੱਲ, ਕਿੱਥੋਂ ਦਾ ਮਾਮਲਾ। ਦੇਖੋ ਗੁਰਬਾਣੀ ਨਾ ਇੱਕ ਬੜਾ ਫਰਮਾਨ ਸੁੰਦਰ ਫਰਮਾਨ ਕਰਦੀ ਹੈ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਅਹੰਕਾਰਾ। ਤੇ ਮੈਂ ਇੱਕ ਚੀਜ਼ ਵੇਖੀ ਆ, ਸੱਚ ਜਾਣੇ ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈ ਕਿ ਜਿਹੜੇ ਪੰਜ ਚੋਰ ਆ ਨਾ ਜੇਲ੍ਹ ਦੇ ਵਿੱਚ ਜਾ ਕੇ ਜ਼ਿਆਦਾ ਉਹ ਉਤਲ ਪੁਤਲ ਮਚਾਉਂਦੇ ਆ, ਬਹੁਤ ਔਖਾ ਡੱਕਦਾ ਸੀ ਜੇਲ੍ਹ ਪ੍ਰਬੰਧਨ ਨਾ ਇਹਨਾਂ ਚੀਜ਼ਾਂ ਨੂੰ, ਬਹੁਤ ਔਖਾ। ਇਹ ਮੇਰਾ ਪਰਸਨਲ ਐਕਸਪੀਰੀਅੰਸ ਆ, ਮਤਲਬ ਕਿ ਉੱਥੇ ਜਾ ਕੇ ਜਿਹੜੇ ਬੰਦੇ ਦਾ ਚੋਰ ਕਮਜ਼ੋਰ ਹੈ ਉਹ ਵੀ ਤਾਕਤਵਰ ਹੋ ਜਾਂਦਾ ਆ, ਇੱਥੋਂ ਗਾਹ ਹੁਣ ਕੀ ਜਾਣਾ ਆ, ਇੱਥੋਂ ਗਾਹ ਹੁਣ ਕਿੱਥੇ ਕਰ ਦੇਣਗੇ, ਮਤਲਬ ਕਿ ਕੁਛ ਬੰਦਿਆਂ ਦੀ ਸੋਚ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਯਾਰ ਹੁਣ ਇੱਥੇ ਆ ਗਏ ਹਾਂ ਤੇ ਇੱਥੋਂ ਗਾਹ ਵੀ ਕੁਛ ਵੀ ਨਹੀਂ ਹੈਗਾ ਨਾ, ਹੁਣ ਸਮੁੰਦਰ ਜਿਵੇਂ ਸੁੱਟਣ ਹੋ ਰਿਹਾ, ਇੱਥੇ ਬੈਠੇ ਚੱਕ ਦਿਓ ਪੱਟਾ, ਕੋਈ ਲੜਾਈਆਂ ਕਰਦਾ, ਕੋਈ ਉੱਥੇ ਵੀ ਮਤਲਬ ਕਿ ਜਿਨਸੀ ਸੰਬੰਧਾਂ ਦਾ ਵੀ ਰੌਲਾ ਪੈਂਦਾ ਹੁੰਦਾ, ਬਲਾਤਕਾਰ ਤੱਕ ਦੇ ਪਰਚੇ ਦਰਜ ਹੋਏ ਪਏ ਆ ਜੇਲ੍ਹਾਂ ਦੇ ਵਿੱਚ, ਉੱਥੇ ਚੋਰੀਆਂ ਇੰਨੀਆਂ ਜ਼ਿਆਦਾ ਆ ਕਿ ਹਿਸਾਬ ਲਾ ਲਓ ਕਿ ਉਸ ਟਾਈਮ, ਹੁਣ ਤਾਂ ਪਤਾ ਨੀ ਸਤਯੁੱਗ ਹੀ ਚੱਲ ਗਏ ਹੁਣ, ਇਹ ਵੀ ਹੈ ਨਾ ਜਿਵੇਂ ਤੁਸੀਂ ਕਿਹਾ ਕਿ ਕਾਲੀਯੁੱਗ ਰਿੜਦਾ, ਜਿਹੜਾ ਉੱਥੇ ਤੇ ਅਸੀਂ ਚੱਪਲਾਂ ਸਰਾਣੇ ਵੀ ਰੱਖ ਦਿੰਦੇ ਸੀ, ਕਈ ਚੱਪ
ਸਰਾਣੇ ਰੱਖ ਕੇ ਸੌਣਾ ਬੜਾ ਮਤਲਬ ਕਿ ਚੋਰੀ ਤੇ ਬਹੁਤ ਜ਼ਿਆਦਾ ਦੇਖੀ ਮਤਲਬ ਕਿ ਬਹੁਤ ਮੈਂ ਜਿਵੇਂ ਕਿਹਾ ਕਿ ਉੱਥੇ ਵੀ ਸਭ ਕੁਛ ਚੱਲਦਾ ਹੈਗਾ ਫੇਰੀਆਂ ਮੈਂ ਕਹਿੰਦਾ ਇੰਨੇ ਕਟੂਏ ਹੁੰਦੇ ਆ ਨਾ ਪੰਜਾਬ ਦੀਆਂ ਜੇਲ੍ਹਾਂ ਚ ਆਹ ਤਾਂ ਚਲੋ ਮੈਂ ਨੀ ਕੱਟੀ ਕਿਤੇ ਤੇ ਇੰਨੇ ਕਟੂਏ ਹੁੰਦੇ ਆ ਨਵੇਂ ਬੰਦੇ ਨੂੰ ਛਿੱਲ ਕੇ ਖਾ ਜਾਂਦੇ ਜਿਵੇਂ ਉਬਲਿਆ ਆਲੂ ਹੁੰਦਾ ਨਾ ਛਿੱਲਾ ਲਾਹੀਦਾ ਛਿੱਲਾ ਲਾਹ ਕੇ ਛਿੱਲ ਕੇ ਐਂ ਖਾ ਜਾਂਦੇ ਆ ਪਤਾ ਹੀ ਨੀ ਲੱਗਦਾ ਬੰਦੇ ਨੂੰ ਕੀ ਕਰੀ ਜਾਂਦੇ ਆ ਖੈਰ ਗੱਲ ਇਹ ਆ ਕਿ ਇਹ ਜਿਹੜੇ ਹੈਗੇ ਸੀ ਦੋ ਜਣੇ ਇੱਕ ਤੇ ਪੱਕਾ ਕੈਦੀ ਸੀ ਸਜ਼ਾ ਯਾਫਤਾ ਤੇ ਇੱਕ ਕੱਚਾ ਦੋਨੇ ਹਰਿਆਣਵੇਂ ਸੀ ਇਹਨਾਂ ਨੇ ਕੀ ਕੀਤਾ ਕਿ ਬਾਹਰ ਕਿਸੇ ਕੁੜੀ ਨਾਲ ਜਿਹੜੀ ਕਿ ਵੈਬ ਡਿਵੈਲਪਰ ਹੋਏਗੀ ਕੁੜੀਆਂ ਹੁੰਦੀਆਂ ਨੇ ਜਾਂ ਔਰਤ ਜਿਹੜੀ ਆ ਉਹਦੇ ਨਾਲ ਸੰਪਰਕ ਸਾਧਿਆ ਪਰ ਕਮਾਲ ਦੀ ਗੱਲ ਇਹ ਆ ਕਿ ਵਟਸਐਪ ਚੈਟ ਦੇ ਦੌਰਾਨ ਉਹਨੂੰ ਭਰੋਸੇ ਚ ਲਿਆ ਕਿ ਇਹ ਐਨ ਡੀ ਆਰ ਐਫ ਦਾ ਅਧਿਕਾਰੀ ਆ ਇੱਕ ਬੰਦਾ ਇੱਥੇ ਰੱਖ ਤੇਰੇ ਭਰਾ ਨੂੰ ਵੀ ਜੋਬ ਦਿਲਾ ਦਾਂਗੇ ਕੋਈ ਚੱਕਰ ਨੀ ਹੈਗਾ ਮਤਲਬ ਕਿ ਸਾਰਿਆਂ ਨੂੰ ਭਰੋਸੇ ਚ ਲੈ ਲਿਆ ਭਰੋਸੇ ਚ ਲੈ ਕੇ ਤੇ ਉਹਨੇ ਇਹਨਾਂ ਦੀ ਜਿਹੜੀ ਹੈਗੀ ਸੀਗੀ ਵੈਬਸਾਈਟ ਉਹ ਬਣਾ ਦਿੱਤੀ ਐਫ ਡੀ ਆਰ ਐਫ ਇੱਕ ਐਮ ਡੀ ਆ ਐਨ ਡੀ ਆਰ ਐਫ ਮਤਲਬ ਕਿ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਵਾਲੀ ਔਰ ਦੂਸਰੀ ਹੁੰਦੀ ਹੈ ਸਟੇਟ ਸਟੇਟ ਡਿਜ਼ਾਸਟਰ ਰਿਲੀਫ ਫੰਡ ਸਟੇਟ ਆ ਗਿਆ ਰਾਜਾਂ ਦਾ ਔਰ ਨੈਸ਼ਨਲ ਅੱਛਾ ਉਹਨੇ ਵੈਬਸਾਈਟ ਬਣਵਾ ਦਿੱਤੀ ਇਹ ਤਿਆਰੀ ਖਿੱਚਦੇ ਪਏ ਸੀਗੇ ਕਿਉਂਕਿ ਵਰਦੀਆਂ ਵੁਰਦੀਆਂ ਵਾਲੀਆਂ ਫੋਟੋ ਕਿਤੇ ਹੋਈਆਂ ਪਹਿਲਾਂ ਮੋਬਾਈਲ ਦੇ ਵਿੱਚ ਪੱਕਾ ਹੀ ਕੰਮ ਕੀਤਾ ਹੋਣਾ ਉਹ ਫਟਾਫਟ ਭੇਜ ਕੇ ਉਹਨਾਂ ਨੂੰ ਭਰੋਸੇ ਚ ਲੈ ਲਿਆ ਫਿਰ ਲੋਗੋ ਲਾਗੋ ਲਾ ਕੇ ਸਾਰੀ ਉਹ ਜਦੋਂ ਵੈਬਸਾਈਟ ਤਿਆਰ ਹੋ ਗਈ ਹੁਣ ਭਰਤੀ ਕਰਨੀ ਸੀ ਬੰਦਿਆਂ ਦੀ ਭਰਤੀ ਕਰਨ ਲੱਗੇ ਉਹ ਕਿਸੇ ਨੇ ਗਾਂਹ ਦੀ ਗਾਂਹ ਦੀ ਸੂਚਨਾ ਦੇ ਦਿੱਤੀ ਕਿ ਇਹ ਤੇ ਜੇਲ੍ਹ ਦੇ ਵਿੱਚ ਆ ਖੇਲ ਖੇਲਣ ਲੱਗੇ ਆ ਤੇ ਫਿਰ ਉਹ ਮੋਬਾਈਲ ਬਰਾਮਦ ਹੋਇਆ ਤੇ ਮੋਬਾਈਲ ਦੇ ਵਿੱਚ ਸਾਰਾ ਡਾਟਾ ਬਰਾਮਦ ਹੋਇਆ ਸਾਲ ਸਾਲ ਹੋ ਕੇ ਜੇ ਉਹ ਫਰਜ਼ੀ ਵੈਬਸਾਈਟ ਜਿਹੜੀ ਚੱਲ ਜਾਂਦੀ ਸਾਡੇ ਵਿਚਾਰੇ ਜਿਹੜੇ ਮੁੰਡੇ ਹੁੰਦੇ ਆ ਨਾ ਜਿੱਦਾਂ ਨੌਕਰੀ ਦਾ ਇਸ਼ਤਿਹਾਰ ਆ ਗਿਆ ਪੰਜਾਬ ਪੁਲਿਸ ਦੇ ਮਾਮਲੇ ਦੇ ਵਿੱਚ ਵੀ ਠੱਗੀ ਹੋਈ ਅੱਗੇ ਉਹ ਰਲਦੀ ਮਿਲਦੀ ਵੈਬਸਾਈਟ ਬਣਾਈ ਲੋਗੋ ਲਾ ਕੇ ਕਿਉਂਕਿ ਬਹੁਤ ਸਾਰੇ ਬੇਰੁਜ਼ਗਾਰ ਜਿਹੜੇ ਹੁੰਦੇ ਉਹ ਮੇਰੇ ਵਰਗੇ ਹੁੰਦੇ ਆ ਤੇ ਕੋਈ ਪੜ੍ਹੇ ਹੁੰਦੇ ਵਿਚਾਰੇ ਮਤਲਬ ਕਿ 10-12 ਕੀਤੀਆਂ ਨਹੀਂ ਇੰਨੀਆਂ ਗੱਲਾਂ ਦਾ ਪਤਾ ਹੁੰਦਾ ਬਰੀਕੀਆਂ ਦਾ ਉਹ ਉੱਥੇ ਫਾਰਮ ਭਰ ਦਿੰਦੇ ਸੀਗੇ ਇੱਕ ਤਾਂ ਉਹਨਾਂ ਦਾ ਡਾਟਾ ਚੱਲ ਜਾਂਦਾ ਸੀਗਾ ਸੈਕਿੰਡ 'ਚ ਜਿਹੜੇ ਵੀ ਉਹ ਭੇਜਦੇ ਸੀ ਡਰਾਫਟ ਵਗੈਰਾ ਜੋ ਵੀ ਬਣਾ ਕੇ 5,000-2,000 ਉਹ ਵੀ ਉੱਧਰ ਚੱਲ ਜਾਂਦਾ ਸੀਗਾ ਇਸੇ ਤਰ੍ਹਾਂ ਇਹਨਾਂ ਨੇ ਕਰਨਾ ਸੀਗਾ ਕਿ ਭਰਤੀ ਵਾਲਾ ਇੱਕ ਇਸ਼ਤਿਹਾਰ ਦਿੱਤਾ ਜਾਵੇ ਕਿ ਐਨ ਡੀ ਆਰ ਐਫ ਦੀ ਭਰਤੀ ਆ ਤੇ ਜੇ ਉਹ ਭਰਤੀ ਵਾਲਾ ਵੀ ਕੰਮ ਚੱਲ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਇਤਿਹਾਸ ਹੀ ਬਣ ਜਾਣਾ ਸੀਗਾ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਵੀ ਕਾਂਡ ਹੋ ਗਿਆ ਕਿਉਂਕਿ ਅੱਜ ਤੱਕ ਸਾਰੇ ਹੀ ਹੋ ਗਏ ਤਕਰੀਬਨ ਆਹ ਰਹਿ ਗਿਆ ਸੀਗਾ ਕਿ ਉਹ ਕੈਦੀ ਜਿਹੜੇ ਜੇਲ੍ਹ 'ਚ ਬੈਠੇ ਉਹ ਜੇਲ੍ਹ 'ਚ ਬੈਠੀ ਭਰਤੀ ਕਰ ਗਏ ਬੰਦਿਆਂ ਕੀ ਬਾਤ ਹੈ ਕ੍ਰਾਈਮ ਤੇ ਉੱਤੇ ਕ੍ਰਾਈਮ ਕੀ ਬਾਤ ਹੈ ਚਾਰਲਸ ਸੋਬਰਾਜ ਦਾ ਨਾਂ ਸੁਣਿਆ ਸੀ ਅਸੀਂ ਉਹਦੇ ਵੀ ਪਿਓ ਨਿਕਲੇ ਦਿੱਲੀ ਪੁਲਿਸ ਨੂੰ ਫਟਕਾਰ ਹੀ ਨਹੀਂ ਜੁਰਮਾਨਾ ਵੀ ਲੱਗਾ ਉਦੋਂ ਬਾਅਦ ਮਮਤਾ ਜੀ ਅਤੇ ਮੋਦੀ ਜੀ ਚਰਚਾ 'ਚ ਨੇ ਵੈਸੇ ਤਾਂ ਚਲੋ ਰਾਜਨੀਤਿਕ ਚਰਚਾ 'ਚ ਰਹਿੰਦੇ ਨੇ ਇਹ ਕਿਸ ਗੱਲ ਤੋਂ ਫਟਕਾਰਾਂ ਪਈਆਂ ਨੇ ਜੁਰਮਾਨੇ ਠੁਕੇ ਨੇ ਦਿੱਲੀ ਪੁਲਿਸ ਨੂੰ ਦੇਖੋ ਕੋਈ ਖਜ਼ਾਲਤ ਨਹੀਂ ਹੈਗੀ ਕੋਈ ਲੱਜਾ ਨਹੀਂ ਹੈਗੀ ਇਹਨਾਂ ਨੂੰ ਜੇ ਅੱਗੇ ਬੱਸੇ ਨੇ ਜੋ ਮਰਜ਼ੀ ਕਰਾ ਇਹਨਾਂ ਦਾ ਇਤਿਹਾਸ ਹੀ ਨੀ ਬਦਲਿਆ 1984 ਚ ਵੀ ਇਹੀ ਉਹ ਰੋਲ ਸੀ ਇਹਨਾਂ ਦਾ ਜਿਹੜਾ ਰੋਲ ਇਹਨਾਂ ਦਾ ਹੁਣ ਦਿੱਲੀ ਦੰਗਿਆਂ ਚ ਦੇਖਿਆ ਗਿਆ ਵਾ ਕਿਉਂਕਿ ਇਹ ਕੇਸ ਉਸੇ ਚੀਜ਼ ਨਾਲ ਜੁੜਿਆ ਕਿਸੇ ਮੁਸਲਮਾਨ ਵਿਅਕਤੀ ਦੇ ਅੱਖ ਦੇ ਵਿੱਚ ਗੋਲੀ ਲੱਗੀ ਹਿਸਾਬ ਨਾਲ ਉਹ ਅੱਖ ਗਈ ਚਲੀ ਆ ਉਹਦੀ ਖੱਬੀ ਅੱਖ ਚਲੇ ਗਈ ਪਹਿਲਾਂ ਤਾਂ ਉਹਦਾ ਮਾਮਲਾ ਦਰਜ ਨਹੀਂ ਕੀਤਾ ਕੋਰਟ ਨੇ ਕਿਹਾ ਵੀ ਜੇ ਮਾਮਲਾ ਦਰਦਾ ਤਾਂ ਭਾਈ 307 ਦਾ ਮਾਮਲਾ ਦਰਜ ਕਰੋ ਕਿਉਂਕਿ 307 ਹੀ ਲੱਗੂਗੀ ਨਾ ਗੋਲੀ ਦਾ ਇਹ ਹੁੰਦਾ ਕਿ ਜੇ ਗੋਲੀ ਚੱਲ ਗਈ ਫਰਜ਼ ਕਰੋ ਤੁਹਾਡੇ ਤੇ ਫਾਇਰ ਹੁੰਦਾ ਇੰਡੀਆ ਦੇ ਵਿੱਚ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਤੁਹਾਡੇ ਤੇ ਫਾਇਰ ਹੁੰਦਾ ਬੇਸ਼ੱਕ ਤੁਹਾਨੂੰ ਸ਼ਰਾ ਵੀ ਨਾ ਲੱਗੇ ਉਹਦਾ ਤੁਸੀਂ ਬਚ ਗਏ ਮਤਲਬ ਕਿ ਥੱਲੇ ਬਹਿ ਗਿਆ ਇੱਧਰ ਹੋ ਗਿਆ ਉੱਧਰ ਹੋ ਗਿਆ ਤਾਂ ਵੀ 307 ਹੈ ਸਾਦਾ ਕਤਲ ਫਾਇਰ ਭਾਵੇਂ ਕੰਧ ਚ ਵੱਜ ਗਿਆ ਜਾ ਕੇ ਫਾਇਰ ਹੋ ਗਿਆ ਇਟ ਮੀਨ ਅਗਲੇ ਨੇ ਕੋਸ਼ਿਸ਼ ਕਰ ਦਿੱਤੀ ਕਿ ਬੰਦਾ ਮਰ ਗਿਆ ਬੰਦਾ ਮਾਰ ਦੇਵਾਂ ਤੇ ਜੋ ਬਚ ਗਿਆ ਉਹਦੀ ਵਧੀ ਕਹਿੰਦਾ ਨਾ ਸੁੱਚਾ ਸੂਰਮਾ ਕਲੀ ਚ ਵਧੀ ਸੀਗੀ ਉਹਦੀ ਬੰਦੇ ਵਿਚਾਰ ਟੱਕਰਿਆ ਨੇ ਗੱਜਣ ਸਿੰਘ ਬਹੁਤ ਭਾਲਿਆ ਤਾਂ ਉਹ ਵਧੀ ਦੀ ਸੌਦੇ ਉਹ ਵਾਲੀ ਗੱਲ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਕੀ ਆ ਕਿ ਬੰਦੇ ਦੀ ਅੱਖ ਚਲੇ ਗਏ ਪੁਲਿਸ ਵਾਲੇ ਕਹਿੰਦੇ ਕਿ ਜਿਹੜੇ ਬੰਦਿਆਂ ਦੇ ਨਾਂ ਲੈਂਦਾ ਅਸੀਂ ਇਨਕੁਆਇਰੀ ਕੀਤੀ ਉਹ ਤੁਹਾਨੂੰ ਦਿੱਲੀ ਚ ਹੈ ਨੀ ਸੀਗੇ ਤੇ ਇਸ ਮਾਮਲੇ ਚ ਅਸੀਂ ਐਫ ਆਈ ਆਰ ਕੀਤੀ ਆ ਅਲੱਗ ਕਰਨ ਦੀ ਤਾਂ ਲੋੜ ਹੀ ਨਹੀਂ ਮਤਲਬ ਕਿ ਅਲੱਗ ਤੋਂ 307 ਵਾਲੀ ਜਿਹੜੀ ਐਫ ਆਈ ਆਰ ਬਣਦੀ ਸੀਗੀ ਉਹ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇੱਕ ਮੁਸਲਿਮ ਵਿਅਕਤੀ ਕੁਛ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਨਾਂ ਲੈ ਰਿਹਾ ਸੀਗਾ ਕਿ ਅਸਲ ਦੇ ਵਿੱਚ ਮੇਰੇ ਤੇ ਅਟੈਕ ਇਹਨਾਂ ਨੇ ਕੀਤਾ ਵਾ ਉਹਨਾਂ ਨੂੰ ਬਚਾਉਣ ਵਾਸਤੇ
ना सिर्फ एक कहानी घड़ी गई कि उसे है ही नहीं है इसे उरे है ही नहीं बल्कि एफ आई आर अड तो जी कि 307 की अड तो एफ आई आर होनी चाहिए कले की वह भी करने तो इन्होंने इनकार कर दिता और फिर मामला हाईकोर्ट के लिए पहुंचा वा हाईकोर्ट ने इस जांच पड़ताल के जो फटकार पाई है उसे चलो शब्दों को ही परे है वो इन्ने घट समय च आ ही नहीं सकदियां जिन्नियां मतलब कि उन्होंने गल्लां कहियां कि बेसुखियां गल्लां तुहाडे अफसर जिहड़े आ करदे की आ फलां टमका बल्कि 25,000 रुपया जुर्माना लाया किसी भी इनवेस्टिगेटिव एजेंसी पुलिस फोर्स न 5 रुपए जुर्माना भी हो जाना किसी जांच पड़ताल च बहुत वड्डी गल आ ਫਾਈਨ ਦਾ ਮਤਲਬ ਕੀ ਹੈ ਕਿ ਤੁਸੀਂ ਆਪਣੇ ਫਰਜ਼ਾਂ ਤੋਂ ਪਰੇ ਤੁਰੇ ਫਿਰਦੇ ਹੋ ਮੈਂ ਜਿਵੇਂ ਕਿਹਾ ਕਿ ਵੇਖੋ ਇਹੀ ਰੋਲ ਇਹਨਾਂ ਦਾ 84 ਮਿਲੇ ਸੀਗਾ ਇਹੀ ਰੋਲ ਤੇ 84 ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਦੇਖੋਗੇ ਕਿ 37 ਸਾਲਾਂ ਚ ਕੱਖ ਨਹੀਂ ਬਦਲਿਆ ਨਹੀਂ ਬਦਲਿਆ ਐਤਕੀ ਕੌਣ ਹੈ ਐਤਕੀ ਬਦਲਿਆ ਤਾਂ ਸਿਰਫ ਇਹ ਆ ਕਿ ਸਿੱਖ ਨਹੀਂ ਰਹੇ ਮੁਸਲਮਾਨ ਹੈ ਬਿਲਕੁਲ 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 ਦਰਸਤ ਸਾਡੇ ਨਹੀਂ ਲੈ ਡਿੱਗੇ ਕੁਝ ਵੇਖੀ ਹੋਏ ਨੇ ਜਿੱਥੇ ਸਰਦਾਰ ਨੇ ਉੱਥੇ ਮਹਾਂਗਦਾਰ ਵੀ ਨੇ ਸਰਦਾਰਾਂ ਦੇ ਵਿੱਚ ਖੈਰ ਆਪਾਂ ਅੱਗੇ ਵੱਧਦੇ ਮਮਤਾ ਜੀ ਅਤੇ ਵਰਸਸ ਮੋਦੀ ਜੀ ਆ ਨੰਦੀਗ੍ਰਾਮ ਵਾਲੀ ਇਲੈਕਸ਼ਨ ਅਜੇ ਤੱਕ ਰੇੜਕਾ ਰੱਖਿਆ ਨਹੀਂ ਕਾਨੂੰਨੀ ਜੰਗ ਹੁਣ ਸ਼ੁਰੂ ਹੋ ਗਈ ਇਹਦੇ 'ਤੇ ਤੁਹਾਡਾ ਨਜ਼ਰੀਆ ਕੀ ਕਹਿਣਾ ਚਾਹੋਗੇ ਦੇਖੋ ਇਹ ਹਾਈਕੋਰਟ ਪਹੁੰਚੇ ਸਨ ਕਿ ਨੰਦੀਗ੍ਰਾਮ ਵਾਲਾ ਜਿਹੜਾ ਰਿਜ਼ਲਟ ਆ ਉਹ ਸਾਡੇ ਪੱਖ 'ਚ ਆਉਣਾ ਚਾਹੀਦਾ ਸੀਗਾ ਕਿਉਂਕਿ ਸਾਨੂੰ ਪਹਿਲਾਂ ਜੇਤੂ ਡਿਕਲੇਅਰ ਕੀਤਾ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਤੱਥਾਕਥਿਤ ਤੌਰ 'ਤੇ ਤੇ ਬਾਅਦ ਦੇ ਵਿੱਚ 1900 ਸਮਥਿੰਗ ਵੋਟਾਂ ਤੇ ਹਰਾ ਦਿੱਤਾ ਗਿਆ ਇਹਨਾਂ ਦਾ ਪੱਖ ਸੀ ਫਿਰ ਮਾਮਲਾ ਹਾਈਕੋਰਟ 'ਚ ਚਲ ਗਿਆ ਹਾਈਕੋਰਟ 'ਚ ਵੀ ਕੀ ਹੋਇਆ ਕਿ ਜਸਟਿਸ ਕੌਸ਼ਿਕ ਚੰਦਾ ਉਹਨਾਂ ਬਾਰੇ ਇਹਨਾਂ ਨੇ ਰੌਲਾ ਪਾ ਲਿਆ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਤੱਕ ਦੇ ਵਿੱਚ ਆ ਤੇ ਉਹਨਾਂ ਨੇ ਮੰਨਿਆ ਵੀ ਕਿ ਵਕੀਲ ਦੇ ਤੌਰ 'ਤੇ ਮੈਂ ਜ਼ਰੂਰ ਉਸ ਪਾਰਟੀ ਦੇ ਨਾਲ ਰਿਹਾ ਵਾਂ ਪਰ ਉਹਨਾਂ ਨੇ ਕੁਛ ਟਿੱਪਣੀਆਂ ਕਰਕੇ ਕਾਫ਼ੀ ਕਹਿੰਦੇ ਕਿ ਤਲਖ ਟਿੱਪਣੀਆਂ ਸੀਗੀਆਂ ਜਿਹਦੇ ਵਿੱਚ ਨਾਲ ਇਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਸੀ ਮੈਂ ਕੋਟ ਕਰ ਦਿੰਦਾ ਕਿ ਸ਼ਾਂਤੀ ਫੈਲਾਉਣ ਵਾਲਿਆਂ ਨੂੰ ਨਵੇਂ ਵਿਵਾਦ ਪੈਦਾ ਕਰਨ ਤੋਂ ਰੋਕਣ ਵਾਸਤੇ ਮੈਂ ਇਸ ਮਾਮਲੇ ਤੋਂ ਅਲੱਗ ਹੋ ਰਿਹਾ ਵਾਂ ਦੇਖੋ ਜੱਜ ਨੇ ਕਿੰਨੀ ਵੱਡੀ ਗੱਲ ਜਿਹੜੀ ਆ ਉਹ ਜਾਣ ਲੱਗਿਆ ਕਹਿ ਦਿੱਤੀ ਉਹ ਅਲੱਗ ਹੋ ਗਏ ਸੀਗੇ ਕੌਸ਼ਿਕ ਚੰਦਾ ਜੀ ਤਾਂ ਉਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ਦੇ ਵਿੱਚ ਹੀ ਆ ਨਿਬੜਨ ਵਾਲਾ ਹੀ ਆ ਜਲਦੀ ਨਿਬੇੜਾ ਹੋ ਜਾਣਾ ਹੁਣ ਇਸ ਮਾਮਲੇ 'ਚ ਜਿਹੜੇ ਨੰਦੀਗ੍ਰਾਮ ਤੋਂ ਜੇਤੂ ਉਮੀਦਵਾਰ ਸੀ ਸਵੇਂਦੂ ਅਧਿਕਾਰੀ ਸਵੇਂਦੂ ਅਧਿਕਾਰੀ ਜਿਹੜੇ ਆ ਉਹ ਸੁਪਰੀਮ ਕੋਰਟ 'ਚ ਚੱਲ ਗਏ ਆ ਸੁਪਰੀਮ ਕੋਰਟ 'ਚ ਉਹ ਆਉਂਦੇ ਆ ਕਿ ਵੇਖੋ ਗੱਲ ਇਹ ਆ ਕਿ ਉੱਥੇ ਹਾਈਕੋਰਟ ਦੇ ਵਿੱਚ ਕਿਤੇ ਨਾ ਕਿਤੇ ਹੁਣ ਦੇਖੋ ਡਾਇਰੈਕਟਲੀ ਕੋਈ ਕਹਿੰਦਾ ਕਿ ਨਹੀਂ ਕਹਿੰਦਾ ਆਪਾਂ ਪਟੀਸ਼ਨ ਨਹੀਂ ਪੜ੍ਹੀ ਪਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਬੰਗਾਲ ਦੇ ਵਿੱਚੋਂ ਮਤਲਬ ਕਿ ਕੋਲਕਾਤਾ ਹਾਈਕੋਰਟ ਦੇ ਵਿੱਚੋਂ ਇਹ ਮਾਮਲਾ ਜਿਹੜਾ ਉਹ ਕਿਸੇ ਹੋਰ ਸਟੇਟ ਦੇ ਵਿੱਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਮਤਲਬ ਕਿ ਉਹਨਾਂ ਨੂੰ ਆਪਣੀ ਹਾਈਕੋਰਟ 'ਤੇ ਕਿਤੇ ਨਾ ਕਿਤੇ ਯਕੀਨ ਨਹੀਂ ਹੈ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਇਨਫਲੂਐਂਸ ਦੇ ਨਾਲ ਕਿਤੇ ਨਾ ਕਿਤੇ ਕੋਈ ਕਾਰਨਾਮਾ ਕਰ ਦੇਵੇ ਸੋ ਇਹ ਕੇਸ ਜਿਹੜਾ ਤਬਦੀਲ ਕੀਤਾ ਜਾਣਾ ਚਾਹੀਦਾ ਬਾਹਰ ਇਹ ਵੈਸੇ ਹੁੰਦਾ ਤੁਹਾਨੂੰ ਯਾਦ ਹੋਣਾ ਪਿੰਕੀ ਨੂੰ ਸਜ਼ਾ ਜਿਹੜੀ ਪੰਜਾਬ 'ਚੋਂ ਨਹੀਂ ਹੋਈ ਮਾਮਲਾ ਲੁਧਿਆਣੇ ਦਾ ਸੀ ਸਜ਼ਾ ਉਹਨੂੰ ਜਾ ਕੇ ਹਰਿਆਣੇ ਦੀ ਇੱਕ ਕੋਰਟ 'ਚ ਹੋਈ ਸੀ ਕਿਉਂਕਿ ਬਹਿਸ ਹੋ ਰਹੀ ਰਾਜਵਿੰਦਰ ਸਿੰਘ ਹੋਰੀ ਬਹਿਸ ਹੋ ਰਹੀ ਜਿਹੜੇ ਸੀ ਉਹ ਕੇਸ ਨੂੰ ਬਦਲਾ ਗਏ ਸੀ ਜੀ ਜੀ ਉਹਨਾਂ ਦਾ ਮੰਨਣਾ ਇਹੀ ਸੀਗਾ ਕਿ ਪੰਜਾਬ 'ਚ ਇਹਦਾ ਬਾਈ ਬਹੁਤ ਚੱਲਦਾ ਤੇ ਪੁਲਿਸ ਪ੍ਰਭਾਵਿਤ ਕਰੇਗੀ ਕੇਸ ਨੂੰ ਫਿਰ ਮਾਮਲਾ ਬਾਰਾਸਤਾ ਹਾਈਕੋਰਟ ਹੋ ਕੇ ਉੱਧਰ ਚਲ ਗਿਆ ਸੀਗਾ ਹਰਿਆਣੇ ਦੀ ਕੋਰਟ ਦੇ ਵਿੱਚ ਪਿੰਕੀ ਦਾ ਜ਼ਿਕਰ ਕੀਤਾ ਤਾਂ ਅੱਛਾ ਇਸ ਤਰ੍ਹਾਂ ਹੁੰਦਾ ਹਰੇਕ ਬੰਦੇ ਕੋਲ ਅਧਿਕਾਰ ਹੁੰਦਾ ਜਿਹੜਾ ਵੀ ਕੇਸ ਦੇ ਰਾਜੀ ਲਿਆ ਕਿ ਉਹ ਕੇਸ ਤਬਦੀਲ ਕਰਵਾ ਲਵੇ ਪਰ ਹਾਈਕੋਰਟ ਦੇ ਵਿੱਚ ਜੇ ਕਿਸੇ ਦਾ ਫੇਸ ਨਹੀਂ ਹੈ ਕਿਸੇ ਲੀਡਰ ਦਾ ਖਾਸ ਤੌਰ ਤੇ ਚੋਣੇ ਨੁਮਾਇੰਦੇ ਦਾ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਅਰ ਕੋਰਟ ਸੈਸ਼ਨ ਕੋਰਟ ਤੱਕ ਤਾਂ ਆਪਾਂ ਮੰਨ ਸਕਦੇ ਹਾਂ ਯਾਰ ਕਿਸੇ ਲੀਡਰ ਦਾ ਤਗੜੇ ਲੀਡਰ ਦਾ ਪ੍ਰਭਾਵ ਹੋ ਸਕਦਾ ਕੱਲ ਨੂੰ ਚਲੋ ਇਹ ਵੀ ਹੋ ਸਕਦਾ ਕਿ ਸਟੇਟ ਦੇ ਵਿੱਚ ਕੋਈ ਗਵਾਹ ਬੈਠੇ ਚਲੋ ਜੱਜ ਨਾ ਡਰੇ ਤਾਂ ਗਵਾਹਾਂ ਨੂੰ ਡਰਾ ਦਿੱਤਾ ਜਾਵੇ ਇੱਕ ਫਿਰ ਟ੍ਰਾਇਲ ਜਿਹੜਾ ਪ੍ਰਭਾਵਿਤ ਹੋਵੇ ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਤਾਂ ਹਾਈਕੋਰਟ ਤੇ ਵਿਸ਼ਵਾਸ ਨਾ ਕਰਨ ਵਾਲੀ ਗੱਲ ਆ ਇਹ ਵੈਸੇ ਕਮਾਲ ਦੀ ਗੱਲ ਆ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਕੱਲ੍ਹ ਮਿਲਦੇ ਹਾਂ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ